ਪੱਟੀ ਦੇ ਪਿੰਡ ਆਸਲ ਵਾਸੀ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਪਿੰਡ ਆਸਲ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਲੜਕਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਅਤੇ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਬਲਵਿੰਦਰ ਕੌਰ, ਪਤਨੀ ਸਵਰਗੀ ਜਸਵੀਰ ਸਿੰਘ ਨੇ ਦੱਸਿਆ ਕਿ ਉਸਦੇ ਤਿੰਨ ਲੜਕੇ ਹਨ ਅਤੇ ਤਿੰਨੇ ਹੀ ਨਸ਼ੇ ਦੇ ਆਦੀ ਹਨ। ਉਸਨੇ ਦੱਸਿਆ ਕਿ ਮੇਰਾ ਲੜਕਾ ਹਰਪ੍ਰੀਤ ਸਿੰਘ ਵੀ ਨਸ਼ਾ ਕਰਨ ਦਾ ਆਦੀ ਸੀ ਅਤੇ ਉਹ ਪੱਟੀ ਦੀ ਸਿੰਗਲ ਬਸਤੀ ਤੋਂ ਨਸ਼ਾ ਲਿਆ ਕੇ ਨਸ਼ਾ ਕਰਦਾ ਸੀ, ਜਿੱਥੇ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਸਦਾ ਨਸ਼ਾ ਛੁਡਾਊ ਸੈਂਟਰ ਤੋਂ ਇਲਾਜ ਵੀ ਕਰਵਾਇਆ ਗਿਆ ਸੀ, ਜਿਸ ਨਾਲ ਵੀ ਉਸਨੂੰ ਕੋਈ ਫਰਕ ਨਹੀਂ ਪਿਆ। ਬੀਤੀ ਰਾਤ ਉਸਨੇ ਆਪਣੇ ਰਸੋਈ ਘਰ ਵਿੱਚ ਨਸ਼ੇ ਦਾ ਟੀਕਾ ਲਗਾਇਆ। ਜਦੋਂ ਤੱਕ ਇਸ ਬਾਰੇ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਤਾਂ ਅਸੀਂ ਉਸਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਸੂਬੇ ਵਿੱਚ ਕਰਫਿਊ ਲੱਗਾ ਸੀ ਅਤੇ ਹੁਣ ਲੋਕਡਾਊਨ ਜਾਰੀ ਹੈ, ਫਿਰ ਵੀ ਨਸ਼ਾ ਆਮ ਵਾਂਗ ਵਿਕ ਰਿਹਾ ਹੈ। ਨਸ਼ੇ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਹੈ, ਇਸ ਨਸ਼ੇ ਨੂੰ ਅਜੇ ਤੱਕ ਕੋਈ ਰੋਕ ਨਹੀਂ ਲੱਗੀ। ਮ੍ਰਿਤਕ ਦੀ ਪਤਨੀ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜੇਕਰ ਨਸ਼ਾ ਬੰਦ ਹੋ ਜਾਂਦਾ ਤਾਂ ਉਸਦਾ ਸੁਹਾਗ ਨਾ ਉਜੜਦਾ। ਪੰਜਾਬ ਨਿਊਜ਼ ਚੈਨਲ ਵਾਸਤੇ ਪੱਤਰਕਾਰ ਕਮਲਜੀਤ ਦੀ ਰਿਪੋਰਟ। ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਬਲਜਿੰਦਰ ਕੌਰ। ਤੇ ਕੀ ਗੱਲ ਬਣ ਗਈ ਕਾਕੇ ਨੂੰ, ਕੀ ਨਾਂ ਸੀ ਉਹਨਾਂ ਦਾ ਜੀ? ਹਰਪ੍ਰੀਤ ਸਿੰਘ। ਅੱਛਾ, ਤੇ ਕੀ ਉਹਨਾਂ ਦਾ ਕੀ ਘਟਨਾ ਵਾਪਰੀ? ਜੀ ਨਸ਼ਾ ਕਰਦਾ ਸੀ, ਰਾਤ 12 ਵਜੇ ਆਇਆ ਰਾਤ ਦੇ। ਅੱਛਾ ਜੀ। ਅੱਜ ਕੱਲ੍ਹ ਉਹਦੇ ਨੇ ਟੀਕਾ ਲਾ ਲਿਆ। ਕਿਰਤੇ ਜਰਾ? ਅੱਛਾ, ਘਰੇ ਜੀ? ਘਰੇ ਜੀ ਟੀਕਾ ਲਾ ਕੇ ਤੇ ਉਹਨਾਂ ਨੇ ਜਲਦੀ 5 ਮਿੰਟਾਂ ਦੀ ਦਹਾਂ ਚ ਬਹੁਤ ਹੋ ਗਈ। ਮੌਜੂਦਾ ਸਰਪੰਚ ਮੈਂ ਬੜੀ ਔਖੀ ਹਾਂ, ਪਰ ਬੇਟੇ ਦੀ ਬਹੁਤ ਵੱਡੀ ਸੱਟ ਮਾਰ ਗਈ। ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਮਾਤਾ ਜੀ? ਤੁਹਾਡੇ ਪਿੰਡ ਵੀ ਵੇਖਦਾ ਜੀ? ਸਾਰੇ ਵੇਖੀ ਜਾਂਦਾ ਵਾ। ਪ੍ਰਸ਼ਾਸਨ ਨੂੰ, ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਇਹਦੇ ਬਾਰੇ ਕਦੀ? ਬੜੀ ਆ ਰੱਖਿਆ ਕਿਹਾ ਦਾ ਦੱਸਿਆ ਸੀ ਵੀ ਸਾਡੇ ਪਿੰਡ ਨਸ਼ਾ। ਅੱਛਾ, ਉਹਨਾਂ ਦਾ ਕਰਕੇ ਆਉਂਦੇ ਨੇ ਕਮੈਂਟ। ਕਿੰਨੇ ਬੱਚੇ ਜਿੰਦੀ ਮੌਤ ਹੋਈ ਆ ਜੀ? ਉਹਦੇ 2 ਬੱਚੇ ਆ। ਕੀ ਨਾਂ ਕੀ ਹੈ, ਉਮਰ ਕਿੰਨੀ ਹੈ ਜੀ ਉਹਨਾਂ ਦੀ? ਬੱਚਿਆਂ ਦੀ? ਹਾਂਜੀ, 1.5 ਸਾਲ ਦਾ। ਅੱਛਾ ਜੀ। ਬਰਬਾਦ ਹੋ ਗਿਆ ਜਿਸ ਤਰ੍ਹਾਂ ਮੈਂ ਮਾਂ ਕੋਲ ਪੜ ਰਹੀ ਹਾਂ, ਪਤਾ ਨੀ ਕਿੰਨੀਆਂ ਮਾਵਾਂ ਤੇ ਪਤਰੀਆਂ ਰੋ ਰਹੇ। ਤੁਹਾਡੇ ਕਿੰਨੇ ਬੇਟੇ ਆ ਜੀ? ਮੇਰੇ 3 ਬੇਟੇ ਆ। ਦੂਜੇ ਕੀ ਕਰਦੇ? 2 ਬੇਟੇ ਉਹ ਵੀ ਇਹੋ ਕੁਛ ਕਰਦੇ। ਨਸ਼ਾ ਹੀ ਕਰਦੇ ਹੋ ਵੀ? ਕੰਮ ਦਾ ਕੰਮ ਕਰ ਕੋਈ ਕੰਮ ਦਿਹਾੜੀ ਦਾ ਪਾਈ? ਅੱਛਾ ਜੀ। ਭੈਣ ਜੀ ਤੁਹਾਡਾ ਕੀ ਲੱਗਦਾ ਕਿ ਤੁਹਾਡਾ ਜਿੰਦੀ ਡੈਥ ਹੋਈ ਹੈ ਜੀ? ਮੇਰਾ ਹਸਬੈਂਡ। ਕਿੰਨੇ ਚਿਰ ਤੋਂ ਭੈਣ ਜੀ ਨਸ਼ਾ ਕਰਦਾ ਪਿਆ? ਸਰ 2 ਸਾਲ। ਤੇ ਕਦ ਨਸ਼ਾ ਕਰਦਾ ਭੈਣ ਜੀ? ਇੰਜੈਕਸ਼ਨ ਲਾਉਂਦਾ ਹੈ ਰੋਜ਼। ਅੱਛਾ। ਕਿੰਨੇ ਬੱਚੇ ਭੈਣ ਜੀ ਤੁਹਾਡੇ? 2 ਬੇਟੇ। ਛੋਟੇ ਹੀ ਹੈ ਜੀ? ਹਾਂਜੀ। ਕੋਈ ਕਮਾਉਣ ਵਾਲਾ ਹੈਗਾ ਘਰੇ? ਨਹੀਂ ਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੇ ਸਰਕਾਰ ਤੋਂ? ਮੰਗ ਕਰਦੇ ਆ ਕਿ ਨਸ਼ਾ ਬੰਦ ਕੀਤਾ ਜਾਵੇ, ਜਿੱਦਾਂ ਸਾਡਾ ਘਰ ਬਰਬਾਦ ਹੋ ਜਾਣਾ ਨਾ ਹੋਵੇ ਹੋਰ ਕਿਸੇ ਦਾ ਘਰ ਬਰਬਾਦ। ਹਾਂਜੀ, ਕੀ ਨਾਮ ਬਾਬਾ ਜੀ ਆਪਣਾ ਜੀ? ਅੰਗਰੇਜ਼ ਸਿੰਘ ਨਾਮ ਜੀ। ਕੀ ਲੱਗਦਾ ਜਿੰਦੀ ਮੌਤ ਹੋਈ ਹੈ ਜੀ? ਭਤੀਜਾ ਹੈ ਮੇਰਾ। ਕਿੱਥੇ ਡੈਥ ਹੋਈ ਹੈ ਇਹਦੀ ਗੱਲ? ਘਰੇ ਹੀ ਹੋਈ। ਨਸ਼ੇ ਬਾਰੇ ਜ਼ਿਆਦਾ ਨਹੀਂ ਪਤਾ, ਸੁਣਿਆ ਕੀ ਕਹਿੰਦਾ ਸੀ। ਅੱਛਾ ਜੀ। ਅਤੇ ਉਹ ਲਿਆਇਆ ਵਾ ਰਾਤੀ 12 ਵਜੇ ਆਇਆ ਜੀ। ਅੱਛਾ ਜੀ। ਸਵੇਰੇ ਨਿਕਲ ਜਾਂਦਾ ਸੀ ਪੱਟੀ ਸਾਂਸੀ ਬਸਤੀ ਸੰਗਲ ਬਸਤੀ, ਉੱਥੋਂ ਹੀ ਲੈ ਕੇ ਆਇਆ ਜੀ। ਅੱਛਾ ਜੀ। ਤਕਰੀਬਨ 12 ਵਜੇ ਆਇਆ ਵਾ ਅਤੇ ਰਸੋਈ 'ਚ ਵੜ ਕੇ ਟੀਕਾ ਲਾ ਲਿਆ ਜੀ। ਅੱਛਾ ਜੀ। ਲਾਉਂਦਿਆਂ ਸਾਰ ਹੀ ਮੌਤ ਹੋਈ। ਅੱਛਾ ਜੀ। ਕਿੰਨੇ ਬੱਚੇ ਆ ਜੀ ਆਉਂਦੇ? 2 ਬੱਚੇ ਜੀ। ਛੋਟੇ ਹੀ ਆ ਜੀ? ਬਿਲਕੁਲ ਛੋਟੇ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ, ਤਰਨ ਤਾਰਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਇਹੋ ਬੇਨਤੀ ਕਰਦੇ ਹਾਂ ਜੀ, ਨਸ਼ੇ 'ਤੇ ਪਾਬੰਦੀ ਲੱਗਣੀ ਚਾਹੀਦੀ ਆ, ਗੌਰਮੈਂਟ ਚਾਹੇ ਤਾਂ ਲੱਗ ਸਕਦੀ ਆ, ਪ੍ਰਸ਼ਾਸਨ ਸਾਥ ਦੇਵੇ ਅਤੇ ਪਰਿਵਾਰ ਦੀ ਜਿੰਨੀ ਵੀ ਮਦਦ ਹੋ ਸਕਦੀ ਆ। ਕਮਾਈ ਦਾ ਕੋਈ ਵੀ ਸਾਧਨ ਨਹੀਂ ਰਿਹਾ ਜੀ, ਸੋ ਬੇਨਤੀ ਆ ਕਿ ਕੋਈ ਨਾ ਕੋਈ ਮਦਦ ਹੋ ਸਕੇ।